ਅੱਜ ਸਾਡੇ ਮੰਦਰਾਂ ਵਿੱਚ, ਮਸੀਤਾਂ 'ਚ, ਗੁਰਦੁਆਰਿਆਂ 'ਚ ਵੱਡੇ ਵੱਡੇ ਸਪੀਕਰ ਲੱਗੇ ਨੇ, ਅਤੇ ਗੁਰੂ ਨਾਨਕ ਸਾਹਿਬ ਦੀ ਸੋਚ ਦੇਖੋ ਨਵੀਨਤਮ ਸੋਚ ਹੈ, ਰੱਬ ਦੀ ਗੱਲ ਕਰ ਰਹੇ ਨੇ ਉਹ, ਪਰ ਕਹਿੰਦੇ ਉੱਚਾ ਰੋਲਾ ਨਾ ਪਾ, ਕਬੀਰ ਮੁੱਲਾ ਮਨਾਰੇ ਕਿਆ ਚੜ੍ਹੇ, ਸਾਈਂ ਨਾ ਬਹਿਰਾ ਹੋਏ। ਆਹ ਬੱਚਿਆਂ ਨੇ ਪੜ੍ਹਨਾ ਵੀ ਹੈ, ਇਹ ਕਦੋਂ ਪੜ੍ਹਨਗੇ? ਅੰਮ੍ਰਿਤ ਵੇਲਾ ਪੜ੍ਹਨ ਵਾਲਾ ਹੁੰਦਾ, ਉੱਧਰ ਗੁਰਦੁਆਰੇ ਨੇ ਸਪੀਕਰ ਲਾਇਆ ਹੁੰਦਾ, ਉੱਧਰ ਮਸੀਤ ਵਾਲੇ ਨੇ ਲਾਇਆ, ਉੱਧਰ ਮੰਦਰ ਵਾਲੇ ਨੇ ਲਾਇਆ, ਅਤੇ ਗੁਰਦੁਆਰੇ ਵੀ ਚਾਰ ਚਾਰ ਲੱਗੇ ਹੁੰਦੇ ਆ, ਅਤੇ ਬੱਚਾ ਕਦੋਂ ਪੜ੍ਹੂਗਾ, ਕਦੋਂ ਉਹ ਇਕਾਗਰ ਹੋਊਗਾ, ਅਤੇ ਸਿਮਰਨ ਕਰਨ ਵਾਲਾ ਕਦੋਂ ਸਿਮਰਨ ਕਰੂਗਾ? ਉਹ ਇੱਧਰ ਦੀ ਜਪਜੀ ਸੁਣੂਗਾ ਕਿ ਇੱਧਰ ਦੀ ਸੁਖਮਣੀ ਸੁਣੂਗਾ ਕਿ ਤੀਜੇ ਦੀ ਆਸਾ ਦੀ ਵਾਰ ਸੁਣੂਗਾ ਕਿ ਇੱਧਰੋਂ ਮਸੀਤ ਦੀਆਂ ਸੁਣੂਗਾ? ਉਹ ਕਿਹਦੀ ਸੁਣੂਗਾ? ਮਾਤਸ਼ਾਹ ਕਹਿੰਦੇ ਅੰਦਰ ਆਵਾਜ਼ ਮਾਰ, ਉਹ ਬਹਿਰਾ ਨਹੀਂ ਹੈ, ਅੰਦਰੋਂ ਗੱਲ ਸੁਣਦਾ, ਅੰਦਰੋਂ ਉੱਚਾ ਹੋਕਾ ਦੇ, ਐਵੇਂ ਦੂਸਰਿਆਂ ਨੂੰ ਪਰੇਸ਼ਾਨ ਨਾ ਕਰ, ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਪੀਤਰ ਜੋ। ਇਹ ਨਵੀਨਤਮ ਗੱਲ ਹੈ, ਲੋਕ ਰੂੜੀਵਾਦੀ ਸੋਚ ਦੇ ਮਾਲਕ ਸਨ, ਗੁਰੂ ਨਾਨਕ ਪਾਤਸ਼ਾਹ ਨੇ ਨਵੀਨਤਮ ਸੋਚ ਦਿੱਤੀ। ਸੋ ਸੁਚਾਰ ਮਨੁੱਖ ਲਈ ਮੇਰੀ ਜੋ ਸਮਝ ਵਿੱਚ ਆਇਆ, ਜਿੰਨੀ ਕੁ ਮੈਂ ਤਰਤੀਬ ਦੇ ਸਕਿਆ, ਰੱਬੀ ਯਾਦ ਵਿੱਚ ਲੀਨ ਹੋਣਾ ਜ਼ਰੂਰੀ, ਧਰਮ ਨਿਰਪੱਖ ਹੋਣਾ ਜ਼ਰੂਰੀ, ਵਿਗਿਆਨਿਕ ਸੋਚ ਦੇ ਧਾਰਨੀ ਹੋਣਾ, ਨਵੀਨਤਮ ਸੋਚ ਅਪਣਾ ਕੇ। ਅਤੇ ਇਹਦੇ ਲਈ ਕੀ ਕਰੀਏ? ਇਹਦੇ ਲਈ ਜ਼ਰੂਰੀ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਸੁਚਾਰ ਮਨੁੱਖ ਬਣਾਉਣ ਲਈ ਜੀਵਨ ਕਣੀਆਂ ਦਈਏ। ਕਣੀਆਂ ਕੀ ਹੁੰਦੀਆਂ ਨੇ? ਜਦੋਂ ਵਰਸਦੀਆਂ ਨੇ ਨਾ, ਅੰਦਰ ਰਚ ਮਿਚ ਜਾਂਦੀਆਂ ਨੇ, ਬਰਸਾਤ ਹੁੰਦੀ ਹੈ, ਰੁੜਦੀ ਹੈ ਤਾਂ ਰੋੜ ਕੇ ਲੈ ਜਾਂਦੀ ਹੈ। ਸਾਨੂੰ ਸੁਚਾਰ ਮਨੁੱਖ ਦੀਆਂ ਬਾਤਾਂ ਨੂੰ ਜੀਵਨ ਕਣੀਆਂ ਬਣਾ ਕੇ ਦੇਣਾ ਪਵੇਗਾ। ਅਤੇ ਤਰਾਸਦੀ ਕੀ ਹੈ? ਇਹੋ ਜਿਹੀਆਂ ਜੀਵਨ ਕਣੀਆਂ ਜਿਹਦੇ ਨਾਲ ਰੱਬ ਦੀ ਯਾਦ ਬਣੀ ਰਹੇ, ਜਿਹਦੇ ਨਾਲ ਧਰਮ ਨਿਰਪੱਖਤਾ ਬੱਚਿਆਂ 'ਚ ਪੈਦਾ ਹੋ ਜਾਵੇ, ਉਹੋ ਜਿਹੀਆਂ ਜੀਵਨ ਕਣੀਆਂ ਜਿਹਨਾਂ ਬੱਚੇ ਵਿਗਿਆਨਿਕ ਸੋਚ ਦੇ ਧਾਰਨੀ ਹੋ ਜਾਣ, ਡਿਗਰੀਆਂ ਇਕੱਠੀਆਂ ਕਰਕੇ ਹੱਥਾਂ 'ਚ ਰੰਗ ਬਿਰੰਗੀਆਂ ਸ਼ਾਂਪਾਂ ਨਾ ਪਾਈ ਫਿਰਨ, ਮੌਲੀਆਂ ਨਾ ਬੰਨੀ ਫਿਰਨ, ਤਬੀਤ ਨਾ ਪਾਈ ਫਿਰਨ, ਇਹੋ ਜਿਹੀ ਸਿੱਖਿਆ ਵਿਗਿਆਨਿਕ ਉਹਨਾਂ ਨੂੰ ਮਿਲ ਸਕੇ, ਉਹਨਾਂ ਵਿੱਚ ਨਵੀਨਤਮ ਸੋਚ ਆ ਸਕੇ, ਇਹ ਤਾਂ ਹੀ ਪੋਸੀਬਲ ਹੈ ਕਿ ਉਹਨਾਂ ਨੂੰ ਸੁਚਾਰ ਮਨੁੱਖ ਦੀਆਂ ਜੀਵਨ ਕਣੀਆਂ ਦਈਏ। ਅਤੇ ਯਾਦ ਰੱਖੀਏ, ਸਾਡਾ ਪੜ੍ਹਾਈ ਕੈਮਿਸਟਰੀ, ਫਿਜਿਕਸ, ਬਾਇਓਲੋਜੀ ਤੁਹਾਨੂੰ ਵੀ ਭੁੱਲ ਗਈ ਹੋਣੀ ਆ, ਕਿਵੇਂ ਕਰਨਾ, ਮੈਨੂੰ ਤਾਂ ਭੁੱਲ ਭੱਲ ਗਿਆ। ਅਤੇ ਸਾਰਿਆਂ ਨਾਲ ਇੱਦਾਂ ਹੀ ਹੁੰਦਾ, ਕਿੰਨੀਆਂ ਕਿਤਾਬਾਂ ਪੜ੍ਹਦੇ ਹਾਂ, ਬਾਕੀ ਭੁੱਲ ਜਾਂਦਾ, ਵਿਸ਼ਾ ਭੁੱਲ ਜਾਂਦੇ ਨੇ, ਪਰ ਜੀਵਨ ਕਣੀਆਂ ਨਹੀਂ ਭੁੱਲਦੇ। ਜਿਹੜੀਆਂ ਜੀਵਨ ਕਣੀਆਂ ਮੈਨੂੰ ਮੇਰੇ ਮਾਸਟਰਾਂ ਨੇ ਦੇ ਦਿੱਤੀਆਂ, ਮੇਰੇ ਅਧਿਆਪਕਾਂ ਨੇ ਦੇ ਦਿੱਤੀਆਂ, ਉਹ ਨਹੀਂ ਭੁੱਲਦੀਆਂ। ਅਤੇ ਅੱਜ ਦੀਆਂ ਕਿਤਾਬਾਂ ਵਿੱਚ ਜੀਵਨ ਕਣੀਆਂ ਨਹੀਂ ਹਨ, ਇਹ ਸਿਲੇਬਸ ਦੀਆਂ ਕਿਤਾਬਾਂ ਵਿੱਚ ਨਹੀਂ ਮਿਲਦੀਆਂ। ਅਤੇ ਸੁਚਾਰ ਮਨੁੱਖ ਦੀ ਘਾੜਤ ਲਈ ਆਤਮ ਪ੍ਰਗਾਸ ਨੇ ਇੱਕ ਸੁਪਨਾ ਪਾਲ ਲਿਆ ਹੋਇਆ ਹੈ, ਇੰਨੀ ਰੀਝ ਨਾਲ ਇਹ ਸੁਪਨਾ ਪਾਲਿਆ ਹੈ ਕਿ ਤੁਹਾਡੇ ਸਾਰਿਆਂ ਦਾ ਪਿਆਰ ਮਿਲਿਆ, ਸਤਿਕਾਰ ਮਿਲਿਆ, ਅਤੇ ਅਸੀਂ ਇਹ ਕਾਰਜ ਤੁਹਾਡੀ ਅਸੀਸ ਨਾਲ ਅੱਜ ਤੋਂ 5 ਸਾਲ ਪਹਿਲਾਂ ਡਾਕਟਰ ਇੰਦਰਜੀਤ ਕੌਰ ਹੋਰਾਂ ਨੇ ਪੁਸਤਕਾਂ ਹੋਰ ਵਿਦਵਾਨਾਂ ਦੇ ਨਾਲ ਲੁਧਿਆਣੇ ਰਿਲੀਜ਼ ਕੀਤੀਆਂ ਸਨ, ਜਿਨ੍ਹਾਂ ਵਿੱਚ ਜੀਵਨ ਕਣੀਆਂ ਹੋਣ, 12 ਪੁਸਤਕਾਂ ਜਿਹੜੀਆਂ ਕਿ ਅੱਜ 300 ਤੋਂ ਵੱਧ ਸਕੂਲਾਂ ਦੇ ਸਿਲੇਬਸ ਦਾ ਸ਼ਿੰਗਾਰ ਨੇ। ਅਤੇ ਅੱਜ ਤੁਹਾਡੀ ਸਾਰਿਆਂ ਦੀ ਅਸੀਸ ਹੋਈ ਹੈ ਕਿ ਅਗਲੀ ਪੈਨਲ ਚਰਚਾ ਤੋਂ ਪਹਿਲਾਂ ਵਿਦਵਾਨਾਂ ਨੇ 12 ਪੁਸਤਕਾਂ ਦਾ ਇੱਕ ਹੋਰ ਸੈੱਟ ਨੰਨੇ ਮੰਨੇ ਲਾਲਾਂ ਦੇ ਲਈ ਰਿਲੀਜ਼ ਕਰਨਾ। ਇਹ ਸਾਡਾ ਇੱਕ ਸੁਪਨਾ ਹੈ ਕਿ ਤੁਹਾਡੇ ਬੱਚਿਆਂ ਦੇ ਬਸ ਦੇ ਵਿੱਚ ਜਿੰਨੀਆਂ ਵੀ ਕਿਤਾਬਾਂ ਨੇ, ਖਿਮਾ ਕਰਨਾ, ਅਸੀਂ ਇਹ ਸੁਪਨਾ ਪਾਲ ਲਿਆ, ਅਸੀਂ ਸਾਰੀਆਂ ਹੀ ਰੀਪਲੇਸ ਕਰ ਦੇਣੀਆਂ ਨੇ। ਖਾਲੀ ਕੈਮਿਸਟਰੀ ਪੜ੍ਹਾ ਕੇ ਅਸੀਂ ਪੱਥਰ ਨਹੀਂ ਪੈਦਾ ਕਰਨੇ, ਖਾਲੀ ਮੈਥੇਮੈਟਿਕਸ ਪੜ੍ਹਾ ਕੇ ਅਸੀਂ ਮਸ਼ੀਨ ਨਹੀਂ ਪੈਦਾ ਕਰਨੀਆਂ। ਜਦੋਂ ਤੱਕ ਸਾਡੇ ਜੀਵਨ ਵਿੱਚ ਸੁਚਾਰਤਾ ਦੀ ਗੱਲ ਨਹੀਂ ਹੋਵੇਗੀ, ਸਾਡੀਆਂ ਕਿਤਾਬਾਂ ਲਈ ਅਸੀਂ ਇਹ ਵਿਸ਼ਵਾਸ ਨਹੀਂ ਰੱਖਦੇ ਕਿ ਧਰਮ ਅਧਿਐਨ ਦੀਆਂ ਵੱਖਰੀਆਂ ਕਿਤਾਬਾਂ ਹੋਣ, ਇੱਕ ਵੱਖਰੇ ਭੈਣ ਜੀ ਹੋਣ ਜਿਹੜੇ ਪਾਠ ਪੜ੍ਹਾਈ ਜਾਣ, ਅਤੇ ਕੀ ਬਾਕੀ ਦੀਆਂ ਮੈਡਮਾਂ ਨੂੰ ਨਹੀਂ ਪਾਠ ਚਾਹੀਦਾ? ਕੀ ਬਾਕੀ ਦੀਆਂ ਮੈਡਮਾਂ ਨੂੰ ਸੁਚਾਰਤਾ ਨਹੀਂ ਚਾਹੀਦੀ? ਅਸੀਂ ਉਹ ਇਨਕਲਾਬ ਨੂੰ ਅੱਜ ਹੱਥ ਪਾਇਆ ਹੈ ਕਿ ਇਹ ਨੈਤਿਕਤਾ ਦੀ ਗੱਲ ਫਿਜਿਕਸ ਵਾਲੀ ਮੈਡਮ ਵੀ ਕਰੇਗੀ, ਕੈਮਿਸਟਰੀ ਵਾਲੇ ਵੀ ਕਰੇਗੀ, ਮੈਥੇਮੈਟਿਕਸ ਵਾਲਾ ਵੀ ਕਰੇਗਾ, ਹਿੰਦੀ ਵਾਲਾ ਵੀ ਕਰੇਗਾ, SSC ਵਾਲਾ ਵੀ ਕਰੇਗਾ, ਡਰਾਇੰਗ ਵਾਲਾ ਵੀ ਕਰੇਗਾ, ਆਰਟਸ ਵਾਲਾ ਵੀ ਕਰੇਗਾ। ਸੋ ਇਹ ਇੱਕ ਮਿਸ਼ਨ ਆਤਮ ਪ੍ਰਗਾਸ ਨੂੰ ਪਾਤਸ਼ਾਹ ਨੇ ਬਖਸ਼ਿਸ਼ ਕੀਤਾ, ਔਰ ਤੁਹਾਡਾ ਸਾਰਿਆਂ ਦਾ ਨਿੱਘਾ ਪਿਆਰ ਮਿਲ ਰਿਹਾ, ਅਸੀਂ ਯਤਨ ਕਰਾਂਗੇ। ਸਾਡੇ ਕੋਲ 70 ਕਿਤਾਬਾਂ ਦਾ ਪ੍ਰੋਜੈਕਟ ਹੈ, 24 ਕਿਤਾਬਾਂ ਅਸੀਂ ਅੱਜ ਜੋ ਪੂਰੀਆਂ ਕਰ ਲਈਆਂ ਨੇ, ਉਹ 70 ਕਿਤਾਬਾਂ ਪੂਰੀਆਂ ਹੁੰਦੀਆਂ ਹੀ ਅਸੀਂ ਬੱਚਿਆਂ ਲਈ ਮੁਕੰਮਲ ਤਬਦੀਲੀ ਦੇਵਾਂਗੇ। ਉਹ ਕੋਈ ਵੀ ਪੜ੍ਹੇਗਾ ਵਿਸ਼ਾ ਅਤੇ ਉਹਦੇ ਵਿੱਚ ਨੈਤਿਕਤਾ ਆਵੇਗੀ, ਉਹਦੇ 'ਚ ਗੁਰਬਾਣੀ ਆਵੇਗੀ। ਅਸੀਂ ਗੱਲ ਗੁਰਬਾਣੀ ਦੀ ਕਰਨੀ ਹੈ ਕਿਉਂਕਿ ਗੱਲ ਗੁਰਬਾਣੀ ਦੀ ਅਕੈਡਮਿਕ ਹੈ, ਧਰਮ ਨਿਰਪੱਖ ਹੈ, ਸਾਇੰਟੀਫਿਕ ਹੈ, ਮਾਡਰਨ ਹੈ।